ਗੁਰਪ੍ਰੀਤ ਘੁੱਗੀ ਫੁੱਲ ਨੇਮ ਗੁਰਪ੍ਰੀਤ ਸਿੰਘ ਵੜੈਚ, ਇਹਨਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿਖੇ ਹੋਇਆ। ਡੈਬਿਊ ਫਿਲਮ ਰਹੀ ਜੀ ਆਇਆਂ ਨੂੰ ਜੋ 2004 ਵਿੱਚ ਰਿਲੀਜ਼ ਹੋਈ ਤੇ ਟੀਵੀ ਤੇ ਪਹਿਲੀ ਵਾਰ ਦਿਖੇ 1996 ਵਿੱਚ ਆਉਣ ਵਾਲੇ ਪਰਛਾਵੇਂ ਸੀਰੀਅਲ ਵਿੱਚ। ਘੁੱਗੀ ਸਾਹਿਬ ਨੇ ਦੁਆਬਾ ਕਾਲਜ ਜਲੰਧਰ ਤੋਂ BA ਕੀਤੀ ਹੋਈ ਹੈ। ਗੁਰਪ੍ਰੀਤ ਜੀ ਨੇ ਪਹਿਲੀ ਜੋਬ 15 ਸਾਲ ਦੀ ਉਮਰ ਵਿੱਚ ਕੀਤੀ, ਜਿਹਦੇ ਚੋਂ ਤਹਿਸੀਲ ਦੇ ਬਾਹਰ ਬਿਆਨੇ ਲਿਖਦੇ ਸੀ। ਤਹਿਸੀਲ ਦੀ ਜੋਬ ਤੋਂ ਬਾਅਦ APJ ਕਾਲਜ ਡਰਾਮਾ ਕਲਾਸ ਲਗਾ ਕੇ ਪੈਦਲ ਘਰ ਵਾਪਿਸ ਜਾਂਦੇ ਤੇ ਫਿਰ ਡਿਨਰ ਤੋਂ ਬਾਅਦ ਡਰਾਮਾ ਗਰੁੱਪ ਦੇ ਨਾਲ ਰਿਹਰਸਲਸ ਕਰਦੇ। ਇਹ ਸਟਰਗਲ ਘੁੱਗੀ 2 ਸਾਲ ਕਰਦੇ ਰਹੇ। ਦੁਆਬਾ ਕਾਲਜ ਚ ਪੜ੍ਹਦੇ ਜਨਾਬ ਨੇ ਆਲ ਇੰਡੀਆ ਰੇਡੀਓ ਚ ਐਜ਼ ਅ ਕੈਜੂਅਲ ਅਨਾਊਂਸਰ ਕੰਮ ਕੀਤਾ। ਕਾਲਜ ਦੇ ਪਹਿਲੇ ਸਾਲ ਚ ਘੁੱਗੀ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਤੇ ਏਦਾਂ ਯੂਥ ਫੈਸਟੀਵਲਸ ਨੇ ਘੁੱਗੀ ਲਈ ਰਾਹ ਖੋਲਿਆ ਥੀਏਟਰੀਕਲ ਪਲੇਸ ਲਈ। ਪਹਿਲਾਂ TV ਪਲੇ ਚੈਂਪੀਅਨ DD ਪੰਜਾਬੀ ਤੇ ਆਇਆ। ਚਾਚਾ ਰੌਣਕੀ ਰਾਮ ਨੂੰ ਮਿਲਣ ਤੋਂ ਬਾਅਦ ਘੁੱਗੀ ਕਾਮੇਡੀ ਵੱਲ ਨੂੰ ਸ਼ਿਫਟ ਹੋਏ, ਜਿਨ੍ਹਾਂ ਨੇ ਗੁਰਪ੍ਰੀਤ ਨੂੰ ਘੁੱਗੀ ਦਾ ਨਾਮ ਵੀ ਦਿੱਤਾ। ਏਦਾਂ ਇੰਡਸਟਰੀ ਚ ਘੁੱਗੀ ਸਾਹਿਬ ਦੀਆਂ ਉਪਲਬਧੀਆਂ ਅਣਗਿਣਤ ਨੇ। ਏਦਾਂ ਦੀਆਂ ਹੋਰ ਇੰਟਰਸਟਿੰਗ ਵੀਡੀਓਜ਼ ਲਈ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ।